पंजाब सरकार कच्चे कामे कच्चे कामे एनएचएम एकता पंजाब सरकार एनएचएम एकता एनएचएम एकता कच्चे कामे कच्चे कामे पंजाब सरकार अपने एनआरएचएम एनआरएचएम एम्प्लॉयज यूनियन दे पक्के होने दे अनमिथे लई इह हड़ताल ते बैठे हाँ। असी पंजाब सरकार वल्लों 36,000 कच्चे मुलाजमान नूं पक्के करम दा जो एक्ट बनाया गया सी उस विच सेहत विभाग विच पिछले 10 तो 15 साल लई काम करदे एनएचएम मुलाजमान नूं शामिल नहीं किया गया, जिस दे रोष विच अज पूरे पंजाब विच एनएचएम मुलाजमान वल्लों हड़ताल शुरू कर दित्ती गई है। जि जदों तक पंजाब सरकार वल्लों मुलाजमान नूं पक्का करन नहीं किया जाता हड़ताल खत्म नहीं की जाएगी। ये अणमिथे समय लिए हड़ताल हो चुकी है, जिदा कि चन्नी सरकार ने सानू कहा है 2-4 दिन मसला हल कर दिता जाएगा, पर जदों तक सानू कोई रिटर्न चैस ऑर्डर नहीं आता उदों तक असी अणमिथे समय लिए हड़ताल पर रहेंगे। तो यह पूरा जोर शोर नाल असी यूनियन नूं अगे लैके असी पूरे जोर शोर नाल हड़ताल रखांगे। पंजाब सरकार मुर्दाबाद, पंजाब सरकार मुर्दाबाद, एनएचएम एकता जिंदाबाद, एनएचएम एकता। लेके ਤੁਸੀਂ ਇਹ ਸਟ੍ਰਾਈਕ ਕੀਤੀ? हां जी, ਅਸੀਂ ਆਸ਼ਾ ਵਰਕਰ ਪੰਜਾਬ ਕਾਫੀ ਲੰਬੇ ਸਮੇਂ ਤੋਂ 6-7 ਸਾਲ ਹੋ ਗਏ ਸਾਨੂੰ ਲਗਾਤਾਰ ਇੱਥੇ ਕੰਮ ਕਰ ਰਹੀਆਂ ਸੀ ਜੀ। ਅਸੀਂ ਆਪਣੀਆਂ ਮੰਗਾਂ ਲੈ ਕੇ ਇਹ ਧਰਨੇ ਲਾ ਰਹੀਆਂ, ਸਾਨੂੰ 7 ਸਾਲ ਹੋ ਗਏ ਤੇ ਧਰਨੇ ਲਾਉਂਦਿਆਂ ਨੂੰ। ਅੱਜ ਅਸੀਂ ਹੜਤਾਲ ਤੇ ਬੈਠੀਆਂ ਕਿਉਂਕਿ ਕਾਫੀ ਸਮੇਂ ਤੋਂ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ। ਅਸੀਂ ਸਿਹਤ ਮੰਤਰੀ ਨੂੰ ਵੀ ਬੇਨਤੀ ਕਰ ਚੁੱਕੀ ਹਾਂ ਵੀ ਹੁਣ ਸਾਨੂੰ ਪੱਕੇ ਕੀਤਾ ਜਾਵੇ, ਕਾਫੀ ਸਮਾਂ ਹੋ ਗਿਆ ਸਾਨੂੰ ਪੱਕੇ ਨਹੀਂ ਕੀਤਾ ਗਿਆ ਜੀ। ਅਸੀਂ ਹੁਣ ਫਿਰ ਹਰਿਆਣਾ ਰਾਜਸਥਾਨ ਪੈਟਰਨ ਦੇ ਬੇਸ ਤੇ ਜੇ ਸਾਨੂੰ ਨਹੀਂ ਪੱਕੇ ਕਰਨਾ ਤਾਂ ਸਾਨੂੰ ਹਰਿਆਣਾ ਰਾਜਸਥਾਨ ਪੈਟਰਨ ਦਿੱਤਾ ਜਾਵੇ। ਲੈ ਕੇ ਅੱਜ ਕਰਮਚਾਰੀ ਹੜਤਾਲ ਤੇ ਬੈਠੇ ਨੇ ਜੀ। ਪਿਛਲੇ ਤਕਰੀਬਨ 15-15 ਸਾਲਾਂ ਤੋਂ ਜਿਹੜੇ ਸਾਡੇ ਕਾਮੇ ਨੇ ਐਨਐਚਐਮ ਦੇ ਚਾਹੇ ਕਿਸੇ ਵੀ ਫੀਲਡ ਦੇ ਨੇ ਤੇ ਬੜੀਆਂ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਨੇ। ਜਦੋਂ ਵੀ ਸਰਕਾਰ ਨਾਲ ਕੋਈ ਗੱਲਬਾਤ ਹੁੰਦੀ ਹੈ ਵੀ ਇਹਨਾਂ ਨੂੰ ਜਿਹੜਾ ਇੱਕ ਲੋਲੀਪੌਪ ਦੇ ਦਿੱਤਾ ਜਾਂਦਾ ਵੀ ਪੱਕੇ ਕਰ ਦਿੱਤੇ ਜਾਵਾਂਗੇ, ਤੇ ਹੁਣ ਫਿਰ ਵੀ ਇਹ ਜਿਹੜਾ ਇਹਨਾਂ ਨੇ 36,000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਕਿਹਾ ਉਂਝ ਉਹਦੇ ਵਿੱਚ ਐਨਐਚਐਮ ਦਾ ਕਿਸੇ ਦਾ ਜ਼ਿਕਰ ਹੀ ਨਹੀਂ ਕੀਤਾ ਹੈਗਾ, ਜਿਹੜਾ ਜੋ ਕਿ ਬੜਾ ਮੰਦਭਾਗੀ ਹੈ। ਇਸ ਤੋਂ ਇਲਾਵਾ ਵੀ ਜਿੰਨੇ ਵੀ ਸਾਡੀਆਂ ਏਐਨਐਮ ਹੈ ਜਾਂ ਫੀਲਡ ਸਟਾਫ ਹੈ ਤੇ ਜਿਨ੍ਹਾਂ ਨੇ ਕੋਰੋਨਾ ਵਿੱਚ ਬੜੀਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ, ਬੜੇ ਸਾਰੇ ਸਾਡੇ ਜਿਹੜੇ ਸਾਥੀ ਹੈ ਉਹਨਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਦੇਣ ਦੇ ਬਾਵਜੂਦ ਵੀ ਜਿਹੜਾ ਇਹਨਾਂ ਨਾਲ ਜਿਹੜਾ ਵਿਤਕਰਾ ਕੀਤਾ ਜਾ ਰਿਹਾ, ਚਾਹੇ ਕੋਈ ਸੈਂਪਲਿੰਗ ਦਾ ਕੰਮ ਹੋਵੇ, ਵੈਕਸੀਨੇਸ਼ਨ ਦਾ ਕੰਮ ਹੋਵੇ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਰੋਨਾ ਯੋਧੇ ਦੀ ਉਪਾਧੀ ਤਾਂ ਦੇ ਦਿੱਤੀ ਗਈ ਹੈ, ਬਟ ਉਹਦੇ ਮੁਕਾਬਲੇ ਜੋ ਉਹਨਾਂ ਨੂੰ ਸੈਲਰੀ ਦੇ ਕੇ ਉਹਨੂੰ ਰੈਗੂਲਰ ਕਰਨਾ ਸੀ ਉਹ ਨਹੀਂ ਕੀਤਾ ਗਿਆ। ਤੇ ਇਹ ਜਿਹੜਾ ਪੂਰੇ ਪੰਜਾਬ ਵਿੱਚ ਜਿੰਨਾ ਵੀ ਕੇਡਰ ਆ ਸਾਰਿਆਂ 'ਚ ਸੋਗ ਹੈ। ਮੈਂ ਮਲਟੀਪਰਪਜ਼ ਹੈਲਥ ਇੰਪਲਾਈ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਇਹ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਕਿ ਸਾਡੀ ਸਟੇਟ ਕਮੇਟੀ ਵੱਲੋਂ ਐਨਐਚਐਮ ਜਿਹੜੇ ਇੰਪਲਾਈਜ਼ ਆ ਜਾਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦਾ ਉਹਨਾਂ ਦੇ ਜਿਹੜੇ ਧਰਨੇ ਦਾ ਪੂਰਨ ਤੌਰ 'ਤੇ ਅਸੀਂ ਸਮਰਥਨ ਕਰਦੇ ਹਾਂ ਅਤੇ ਅਸੀਂ ਇਹਨਾਂ ਦੇ ਨਾਲ ਖੜ੍ਹੇ।